ਆਪਾਂ ਨੇ ਹਰਾ ਦੇਣਾ ਇਹਨੂੰ ਅਕਾਲੀ ਨੂੰ ਅੱਜ ਐਸਾ ਜੰਗ ਕਰੋ ਆਪਾਂ ਨੇ ਅੱਜ ਹਰਾ ਦੇਣਾ ਇਹਨੂੰ ਵੀ ਮਤਲਬ ਆਪਣੀਆਂ ਸ਼ੰਕਾ ਮਿਟਾਉਣੀਆਂ ਚਾਹੁੰਦਾ ਹੋਊ ਬਹੁਤ ਸਾਰੀਆਂ ਹੋਣੀਆਂ ਨੇ ਜਿਹਨੇ ਸੁਣੀ ਨਾ ਹੋਵੇ ਸਾਰੀ ਗੱਲ ਉਹਦੇ ਅੰਦਰ ਸ਼ੰਕਾ ਹੁੰਦੀ ਹੈ ਜਾਂ ਤਾਂ ਇਹ ਭਾਜੂ ਇਹ ਆਪਾਂ ਬਣ ਜਾਵਾਂਗੇ ਬਾਲਕ ਉਹ ਸੰਭਾਰ ਕਰ ਲੀਨੀ ਕਰਵਾਰ ਢਾਰ ਪੈਠੋ ਰਣ ਮਧ ਮਾਰ ਮਾਰ ਇਉਂ ਉਚਾਰ ਕੈ ਕਹਿੰਦਾ ਆਪਣੇ ਕੋਲ ਬਹੁਤ ਸਵਾਲ ਨੇ ਆਪਣੇ ਕੋਲ ਬਹੁਤ ਗਿਆਨ ਹੈ ਆਪਣੇ ਬਲ ਨੂੰ ਸੰਭਾਲਿਆ ਉਹਨੇ ਭੁੱਲਿਆ ਨੀ ਸਭ ਕੁਛ ਬਲ ਕੋ ਸੰਭਾਰ ਕੇ ਬਲ ਬਲ ਬਹੁਤ ਕੁਛ ਭੁੱਲ ਜਾਂਦਾ ਆਦਮੀ ਜਾ ਕੇ ਜਾਂ ਚਰਚਾ ਜਾਂਦਾ ਭੁੱਲ ਜਾਂਦਾ ਬੁੱਧੀ ਉਹ ਨੀ ਕੰਮ ਕਰਦੀ ਬੁੱਧੀ ਕੰਮ ਕਰਦੀ ਹੈ ਭੁੱਲਿਆ ਨੀ ਸੰਭਾਰਿਆ ਕਰ ਲੀਨੀ ਕਰਵਾਰ ਫਿਰ ਉਹਨੇ ਬੁੱਧੀ ਨੂੰ ਆਪਣੇ ਹੱਥ ਕੀਤਾ ਬੁੱਧੀ ਦੀ ਲੜਾਈ ਫਿਰ ਲੜਨ ਲੱਗ ਗਿਆ ਡਾਰ ਪੈਠੋ ਰਣ ਮਧ ਲੜਨ ਲੱਗਿਆ ਡਾਰ ਪੈਠੋ ਰਣ ਮਧ ਮਾਰ ਮਾਰ ਇਉਂ ਉਚਾਰ ਕੇ ਮਾਰ ਮਾਰ ਉਚਾਰ ਕੇ ਕਹਿੰਦੇ ਕੋਈ ਨੀ ਲੜਾਂਗੇ ਫਿਰ ਦੇਖਾਂਗੇ ਕੌਣ ਹਾਰਦਾ ਕੌਣ ਜਿੱਤਦਾ ਲੜਾਂਗੇ ਸਾਥ ਪਏ ਸੁੰਭ ਕੇ ਸੋ ਮਹਾਂਵੀਰ ਧੀਰ ਯੋਧੇ ਲੀਨੇ ਹਥਿਆਰ ਆਪਣੇ ਸੰਭਾਲ ਕੇ ਉਹਦੇ ਨਾਲ ਵੀ ਮਹਾਂਵੀਰ ਧੀਰ ਯੋਧੇ ਨੇ ਧੀਰ ਵਾਲੇ ਨੇ ਦੋ ਪਾਸੇ ਵੀ ਬੈਠੇ ਨੇ ਸੁੰਭ ਦੇ ਨਾਲ ਵੀ ਮਹਾਂਵੀਰ ਧੀਰ ਯੋਧੇ ਨੇ ਉਹਦੇ ਨਾਲ ਧੀਰਜ ਵਾਲੇ ਨੇ ਧੀਰਜ ਨਾਲ ਲੜਦੇ ਨੇ ਹੌਸਲੇ ਨਾਲ ਲੜਦੇ ਹੌਸਲਾ ਨਹੀਂ ਛੱਡਿਆ ਐਸੇ ਚੱਲੇ ਦਾਨੋ ਰਵ ਮੰਡਲ ਛਪਾਨੋ ਮਾਨੋ ਸਰਬ ਉਡਾਨੋ ਪੁੰਜ ਪੰਖਣ ਸੁਧਾਰ ਕੈ ਕਹਿੰਦੇ ਐਂ ਚੱਲਦੇ ਨੇ ਦਾਨੋ ਜਿਵੇਂ ਰਵ ਮੰਡਲ ਛਪਾਨੋ ਮਾਨੋ ਔਰ ਜਿਵੇਂ ਆਕਾਸ਼ ਦਾ ਉੱਤੇ ਛਪਾ ਦੇਈਦਾ ਹਨੇਰਾ ਕਰ ਦੇਈਦਾ ਜਿਵੇਂ ਟਿੱਡੀ ਦਲ ਜਾਂਦਾ ਨਾ ਟਿੱਡੀ ਦਲ ਉੱਡਦਾ ਹਨੇਰਾ ਕਰ ਦਿੰਦਾ ਸਰਬ ਉਡਾਨੋ ਪੁੰਜ ਪੰਖਣ ਸੁਧਾਰ ਕੈ ਟਿੱਡੀ ਦਲ ਐਂ ਉੱਡੇ ਨੇ ਵੀ ਹੁਣ ਹਨੇਰਾ ਕਰ ਦੇਣਾ ਅਸੀਂ ਇੱਕ ਵਾਰ ਤਾਂ ਉਹ ਹਨੇਰਾ ਕਰ ਰਹੇ ਨੇ ਹਨੇਰੇ ਵਾਲੀਆਂ ਗੱਲਾਂ ਕਰ ਰਹੇ ਨੇ ਹਨੇਰਾ ਕਰਨ ਵਾਲੀਆਂ ਫੈਲਾਉਣ ਵਾਲੀਆਂ ਉਧਰੋਂ ਚਾਨਣ ਵਾਲੀ ਗੱਲ ਹੋ ਰਹੀ ਹੈ ਦੇਖੋ ਉਧਰੋਂ ਉਹਨਾਂ ਨੇ ਚਾਨਣਾ ਕਰਨਾ ਇੱਧਰ ਹਨੇਰਾ ਕਰ ਰਹੇ ਨੇ ਉੱਧਰ ਸੂਰਜ ਚੜ੍ਹਦਾ ਚਾਨਣ ਹੁੰਦਾ ਇੱਧਰ ਇਹ ਸੂਰਜ ਨੂੰ ਢੱਕਦੇ ਨੇ ਹਨੇਰਾ ਕਰਦੇ ਨੇ ਇਹ ਲੜਾਈ ਹੈ ਗਿਆਨ ਅਗਿਆਨ ਦੀ ਗਿਆਨ ਅਗਿਆਨ ਦੀ ਉਹ ਅਗਿਆਨ ਫੈਲਾਉਂਦੇ ਨੇ ਉਹ ਅਗਿਆਨ ਤੁਹਾਨੂੰ ਕੱਟ ਕੇ ਪਰੇ ਮਾਰ ਦਈਏ ਸਵਈਆ ਦਾਨਵ ਸੈਨ ਲਖੇ ਬਲਵਾਨ ਸੋ ਬਾਹਨ ਚੰਡ ਪ੍ਰਚੰਡ ਪ੍ਰਮਾਨੋ ਦਾਨਵ ਸੈਨ ਲਖੇ ਬਲਵਾਨ ਜਦ ਦੇਖਿਆ ਨੇ ਵੀ ਇਹ ਤਾਂ ਵੱਧਦੇ ਜਾਂਦੇ ਨੇ ਗਾਹ ਨੂੰ ਚੰਡੀ ਨੇ ਸੋ ਬਾਹਨ ਚੰਡ ਪ੍ਰਚੰਡ ਪ੍ਰਮਾਨੋ ਫਿਰ ਆਪਣਾ ਉਹਨੇ ਬਾਹਨ ਚੰਡੀ ਨੇ ਆਪਣਾ ਅੱਗੇ ਵਧਾਇਆ ਬਾਹਨ ਪ੍ਰਮਾਨੋ ਚੱਕਰ ਆਲਾਤ ਕੀ ਬਾਤ ਬਘੂਰਨ ਛੱਤਰ ਨਹੀਂ ਸਮ ਔ ਖੁਰਸਾਨੋ ਚੱਕਰ ਆਲਾਤ ਕੀ ਬਾਤ ਬਕੂਰਨ ਛੱਤਰ ਹੀ ਸਮ ਔ ਪ੍ਰਜਾਨੋ ਫਿਰ ਉਹਨੇ ਆਪਣਾ ਚੱਕਰ ਸੰਭਾਲਿਆ ਨਹੀਂ ਗੁਰਬਾਣੀ ਤੇ ਲੈ ਆਈ ਗੱਲ ਗੁਰਮਤ ਤੇ ਲੈ ਆਈ ਗੱਲ ਬਾਤ ਬਕੂਰਨ ਹਾਂ ਆ ਦੂਈ ਗੱਲ ਜਿਹੜੀ ਸੀ ਬਕੂਰਨ ਵਾਲੀ ਗੱਲ ਛੱਡ ਦਿੱਤੀ ਦੂਜੀ ਜਿਹੜੀ ਗੱਲ ਸੀ ਛੱਤਰ ਨਹੀਂ ਸਮ ਔ ਖੁਰਸਾਨੋ ਹਵਾ ਜਿਹੜੇ ਹਵਾ ਦੇ ਹਵਾਈ ਫਹਿਰ ਤੀ ਨਾ ਹਵਾ ਦੇ ਕੋਲ ਉਈ ਘੂਰਾ ਘੂਰੀ ਵਾਲੇ ਇਹ ਛੱਡ ਕੇ ਉਹ ਸੈਂਸਟਿਵ ਹੋ ਕੇ ਗਿਆਨ ਚਰਚਾ 'ਤੇ ਆ ਗਈ ਸੈਂਸਟਿਵ ਹੋ ਕੇ ਗੱਲ ਕਰੋ ਗੱਲ ਜੇ ਕਰਨੀ ਹੈ ਸੰਜੀਦਗੀ ਨਾਲ ਗੱਲ ਕਰੋ ਸੰਜੀਦਗੀ ਹੋ ਸੰਜੀਦਾ ਹੋ ਕੇ ਗੱਲ ਕਰੋ ਉਹ ਚਰਚਾ 'ਚ ਲੈ ਰੌਲੇ ਗੌਲੇ ਵਾਲੀ ਗੱਲ ਦਾ ਕੋਈ ਫਾਇਦਾ ਨਹੀਂ ਉਹ ਤਾਂ ਰੌਲਾ ਪਾ ਕੇ ਵੀ ਜਿਵੇਂ ਰੌਲਾ ਪਾ ਕੇ ਰੌਲੇ 'ਚ ਪਾ ਦਈਏ ਗੱਲ ਉਹਨੇ ਕਹਿ ਨਹੀਂ ਗੱਲ ਬਣਨੀ ਚਰਚਾ ਹੋਊ ਦੋ ਚਾਰ ਆਦਮੀ ਤੁਸੀਂ ਆਪਣੇ ਕਰ ਲਓ ਦੋ ਚਾਰ ਅਸੀਂ ਕਰ ਲੈਂਦੇ ਉਹ ਕਰਨ ਗੱਲ ਸਾਰਿਆਂ ਦਾ ਰੌਲਾ ਪਾਉਣ ਦਾ ਮਤਲਬ ਹਾਂ ਰੌਲਾ ਪਾਉਣਾ ਤੁਸੀਂ ਉੱਥੇ ਬਾਹਰ ਸਲਾਹ ਕਰਿਆ ਹੋ ਪਰੇ ਹੋ ਕੇ ਜਿਹੜੇ ਜਿਹੜੇ ਤੁਹਾਡੇ ਪੁਆਇੰਟ ਨੇ ਉਹ ਦੋ ਆਦਮੀ ਟਿੱਕ ਦਿਓ ਉਹ ਕਰਨ ਗੱਲ ਹਾਂਜੀ ਤਾਰਨ ਮਾਹੇ ਸੋ ਐਸੇ ਫਿਰਿਓ ਜਲ ਭੌਰ ਨਹੀਂ ਸਰ ਤਾਹੇ ਬਖਾਨੋ ਤਾਰਨ ਮਾਹੇ ਸੋ ਐਸੇ ਫਿਰਿਓ ਜਲ ਭੌਰ ਨਹੀਂ ਸਰ ਤਾਹੇ ਬਖਾਨੋ ਤਾਹੇ ਬਖਾਨੋ ਤਾਰਨ ਮਾਹੇ ਉਸ ਜੰਗ ਦੇ ਵਿੱਚ ਇਸ ਤਰੀਕੇ ਨਾਲ ਫਿਰਦੀ ਹੈ ਜਲ ਭੌਰ ਨਹੀਂ ਸਰ ਤਾਹੇ ਬਖਾਨੋ ਜਿਉਂ ਵਾਂਗੂ ਫਿਰਦੀ ਹੋ ਤਾਂ ਕੋਈ ਉਹ ਨਹੀਂ ਹਾਂ ਇਹਦੀ ਉਹਦੇ ਸ਼ੇਰ ਵਾਂਗੂ ਇਸ ਤਰੀਕੇ ਨਿਰਭੈ ਹੋ ਕੇ ਫਿਰਦੀ ਹੈ ਜੰਗ 'ਚ ਜਿਹਦੀ ਹੋਰ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ ਔਰ ਨਹੀਂ ਉਪਮਾ ਉਪਜੈ
ਸੋ ਦੋਹੂੰ ਰੁਕ ਕੇਹਰ ਕੇ ਮੁਖ ਅੰਨ। ਹੋਰ ਕੋਈ ਉਪਮਾ ਨਹੀਂ ਮੈਂ ਦੇ ਸਕਦਾ। ਐ ਸਮਝੋ ਦੋਏ ਪਾਸੇ ਛੇੜ ਲੜਦੇ ਨੇ। ਸੋ ਦੋਹੂੰ ਰੁਕ ਕੇਹਰ ਕੇ ਮੁਖ ਮੰਨ। ਨਿਰਭੈ ਹੋ ਕੇ ਉਹ ਵੀ ਗੱਲ ਕਰਦੇ ਨੇ, ਨਿਰਭੈ ਹੋ ਕੇ ਵੀ ਗੱਲ ਕਰਦੇ, ਜਿਵੇਂ ਦੋ ਛੇੜ ਲੜਦੇ ਹੋਣ ਨਾ, ਦੋ ਛੇੜਾਂ ਦੀ ਲੜਾਈ ਸਮਝ ਲਓ ਇਹਨੂੰ।